ਸਟੂਡੈਂਟਸ ਵੈਲਕਮ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਕਲਚਰਲ ਕਨਸਟਰਕਸ਼ਨ ਆਫ ਜੈਂਡਰ ਲਿੰਗ ਦੀ ਸੱਭਿਆਚਾਰਕ ਸਰੰਚਨਾ ਜਾਂ ਉਸਾਰੀ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਕਲੀਅਰ ਕਰਾਂਗੇ मीनिंग ਆਫ ਕਲਚਰ ਹੁਣ ਜਿਹੜਾ ਕਲਚਰ ਹੈ ਉਹ ਇੱਕ ਪੀੜੀ ਤੋਂ ਦੂਸਰੀ ਪੀੜੀ ਤੱਕ ਪਹੁੰਚਦਾ ਰਹਿੰਦਾ ਹੈ ਮੀਨਸ ਜਿਹੜੀ ਇੱਕ ਪੀੜੀੋਂ ਦੂਸਰੀ ਪੀੜੀ ਤੱਕ ਜਿਹੜਾ ਕਲਚਰ ਆਹੋ ਟਰਾਂਸਮਿਟ ਕਰਦੀ ਹੈ ਪਹੁੰਚਾਉਂਦੀ ਹੈ ਕਲਚਰ ਕੀ ਹੈ ਇਹ ਇੱਕ ਇਕਵਾਇਰਡ ਨੌਲੇਜ ਹੈ ਜਿਹੜਾ ਕੋਈ ਵੀ ਐਕਸਪੀਰੀਐਂਸਸ ਨੇ ਅਜੰਪਸ਼ਨਸ ਨੇ ਸਾਡੀਆਂ માનਤਾਵਾਂ ਨੇ ਸਾਡੀਆਂ ਵੈਲਿਊਜ਼ ਨੇ ਰਿਲੀਜੀਅਨ ਹੈ ਡਿਫਰੈਂਟ ਡਿਫਰੈਂਟ ਮਟੀਰੀਅਲ ਹੈ ਮੀਨਜ਼ ਸਾਡੀਆਂ ਵਸਤੂਆਂ ਨੇ ਪਦਾਰਥਕ ਵਸਤੂਆਂ ਨੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਪਰਟੀ ਵਗੈਰਾ ਹੈ ਹੁਣ ਇਹ ਜਿਹੜੀਆਂ ਸਾਰੇ ਅਸੀਂ ਚੀਜ਼ਾਂ ਦੀ ਗੱਲ ਕੀਤੀ ਹੈ ਇਹ ਸਾਡਾ ਕਲਚਰ ਨੇ ਇਹ ਇੱਕ ਪੀੜੀ ਤੋਂ ਦੂਸਰੀ ਪੀੜੀ ਤੱਕ ਸਾਡੇ ਕੋਲ ਪਹੁੰਚਦੀਆਂ ਨੇ ਕਲਚਰ ਜਿਹੜਾ ਹੈਗਾ ਉਹ ਲੋਕਾਂ ਦੇ ਕਿਸੇ ਵੀ ਗਰੁੱਪ ਦਾ ਜਿਹੜਾ ਇੱਕ ਲਰਨਡ ਜਾਂ ਐਕਵਾਇਰਡ ਬਿਹੇਵੀਅਰ ਹੁੰਦਾ ਏ ਜਿਹਦੇ ਵਿੱਚ ਆਮ ਤੌਰ ਤੇ ਉਹਨਾਂ ਲੋਕਾਂ ਦੀ ਜਿਹੜੀ ਪਰੰਪਰਾਵਾਂ ਜੋ ਮੰਨੇ ਜਾਂਦੇ ਨੇ ਜਿਹੜੇ ਇੱਕ ਪੀੜੀ ਤੋਂ ਦੂਸਰੀ ਪੀੜੀ ਤੱਕ ਸੰਚਾਰਿਤ ਹੁੰਦੇ ਰਹਿੰਦੇ ਨੇ ਮੀਨਸ ਉਹ ਗੱਲਾਂ ਉਹ ਪੁਆਇੰਟਸ ਜਿਵੇਂ ਨੌਲੇਜ ਹੋਗੀ ਸਾਡੇ ਐਕਸਪੀਰੀਐਂਸਸ ਨੇ ਅਜੰਪਸ਼ਨਸ ਨੇ ਵੈਲਿਊਜ਼ ਨੇ ਰਿਲੀਜਨ ਹੈ ਇਹ ਸਾਡਾ ਜਿਹੜਾ ਡਿਫਰੈਂਟ ਡਿਫਰੈਂਟ ਮਟੀਰੀਅਲ ਹੈ ਪ੍ਰੋਪਰਟੀ ਵਗੈਰਾ ਹੁਣ ਇਹ ਸਾਰੀ ਚੀਜ਼ਾਂ ਕੀ ਨੇ ਇੱਕ ਪੀੜੀ ਤੋਂ ਦੂਸਰੀ ਪੀੜੀ ਤੱਕ ਇਹ ਟਰਾਂਸਮਿਟ ਹੁੰਦੀਆਂ ਨੇ ਕਲਚਰ ਇਹੋ ਲੋਕਾਂ ਦਾ ਜਿਹੜਾ ਗਰੁੱਪ ਹੈ ਕਿਸੇ ਵੀ ਸੋਸਾਇਟੀ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਰਹਿਣ ਦੀ ਜੀਵਨ ਜਾਂਚ ਵੀ ਹੈ ਕਿ ਉਹ ਕਿਸ ਤਰੀਕੇ ਨਾਲ ਰਹਿ ਰਹੇ ਨੇ ਸੱਭਿਆਚਾਰ ਹਰ ਇੱਕ ਸੋਸਾਇਟੀ ਦਾ ਹਰ ਇੱਕ ਕੰਟਰੀ ਦਾ ਹਰ ਇੱਕ ਸਟੇਟ ਦਾ ਜਾ ਇੱਕ ਗਰੁੱਪ ਆਫ ਪੀਪਲ ਜਿੱਥੇ ਰਹਿ ਰਹੇ ਨੇ ਸਭ ਦਾ ਵੱਖਰਾ ਵੱਖਰਾ ਹੁੰਦਾ ਏ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਸੱਭਿਆਚਾਰ ਹੈ ਜਾਂ ਕਲਚਰ ਹੈ ਉਹ ਕਿਤੇ ਸੇਮ ਮਿਲੇਗਾ ਸਾਨੂੰ ਨਹੀਂ ਬਹੁਤ ਜਿਹੜਾ ਡਿਫਰੈਂਸ ਹੈ ਇਹਦੇ ਵਿੱਚ ਮਿਲਦਾ ਏ ਹੁਣ ਅਸੀਂ ਕਰਾਂਗੇ ਕਲਚਰਲ ਕਨਸਟਰਕਸ਼ਨ ਆਫ ਜੈਂਡਰ ਲਿੰਗਤਾ ਦੀ ਜਾਂ ਲਿੰਗ ਦੀ ਸੱਭਿਆਚਾਰਕ ਸਰੰਚਨਾ ਹੁਣ ਜੈਂਡਰ ਕੀ ਹੈ ਇੱਕ ਕੰਪਲਿਕੇਟਿਡ ਵਰਤਾਰਾ ਏ ਐਕਟੀਵਿਟੀ ਹੈ ਕਿਉਂਕਿ ਇਹ ਸਮਾਜਿਕ ਤੌਰ ਤੇ ਸਿਰਜਿਆ ਜਾਂਦਾ ਹੈ ਸੋਸਾਇਟੀ ਦੇ ਵਿੱਚ ਰਹਿੰਦੇ ਹੋਏ ਇਹਨੂੰ ਕ੍ਰੀਏਟ ਕੀਤਾ ਜਾਂਦਾ ਹੈ ਇਹਨੂੰ ਕਨਸਟਰਕਟ ਕੀਤਾ ਜਾਂਦਾ ਹੈ ਤੇ ਸੱਭਿਆਚਾਰਕ ਤੌਰ ਤੇ ਇਹ ਜਦੋਂ ਨਿਰਧਾਰਤ ਹੁੰਦੇ ਤਾਂ ਜਿਹੜੀ ਜੈਂਡਰ ਦੀ ਸੱਭਿਆਚਾਰਕ ਸਰੰਚਨਾ ਹੈ ਕਲਚਰਲ ਦਾ ਸਟਰਕਚਰ ਹੈ ਕਨਸਟਰਕਸ਼ਨ ਹੈ ਉਹ ਸੋਸ਼ੀਅਲਾਈਜੇਸ਼ਨ ਦੇ ਕਨਸੈਪਟ ਦੇ ਵਿੱਚ ਜਿੱਦਾਂ ਕਿ ਲੇਡੀਜ਼ ਹੋ ਗਿਆ ਜੈਂਟਸ ਹੋ ਗਿਆ ਇਹਨਾਂ ਦੀ ਸਰੰਚਨਾ ਬਾਰੇ ਗੱਲ ਕੀਤੀ ਜਾਂਦੀ ਹੈ ਕਿ ਇਹ ਲੇਡੀਜ਼ ਨੇ ਇਹ ਜੈਂਟਸ ਨੇ ਇਹ ਬॉयਜ਼ ਨੇ ਇਹ ਗਰਲਜ਼ ਨੇ ਕੋਈ ਵੀ ਜਿਹੜਾ ਸਮਾਜਿਕ ਵਿਕਾਸ ਹੈ ਉਹਦੇ ਰਸਤੇ ਦੇ ਵਿੱਚ ਜਿਹੜੇ ਵਿਅਕਤੀ ਨੇ ਸਾਰੇ ਹੀ ਹਰ ਇੱਕ ਸੋਸਾਇਟੀ ਦੇ ਵਿੱਚ ਇਹੀ ਹੈ ਹਰ ਇੱਕ ਕਲਚਰ ਦੇ ਵਿੱਚ ਇਹੀ ਹੈ ਲੇਡੀਜ਼ ਤੇ ਜੈਂਟਸ ਨੂੰ ਜਿਹੜਾ ਡਿਫਰੈਂਸ਼ੀਏਟ ਆ ਉਹ ਕੀਤਾ ਜਾਂਦਾ ਹੈ ਫੈਮਲੀ ਹੈ ਕੋਈ ਇਕਨੋਮਿਕ ਆਰਗੇਨਾਈਜੇਸ਼ਨਸ ਨੇ ਪੋਲੀਟੀਕਲ ਜਾਂ ਜਿਹੜੇ ਧਾਰਮਿਕ ਸੰਸਥਾਵਾਂ ਨੇ ਨੂੰ ਆਕਾਰ ਦੇਣ ਵਾਸਤੇ ਵੀ ਜਿਹੜੀਆਂ ਲੇਡੀਜ਼ ਤੇ ਜੈਂਟਸ ਦਾ ਜਿਹੜਾ ਕਨਸੈਪਟ ਹੈ ਉਹ ਇੱਕ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ ਇਦੀ ਸਰੰਚਨਾ ਦੇ ਵਿੱਚ ਸੱਭਿਆਚਾਰ ਦੇ ਸਬੰਧ ਦੇ ਵਿੱਚ ਜੋ ਸੱਭਿਆਚਾਰ ਦੀ ਸਮਝ ਹੈ ਕੋਈ ਵੀ ਜੋ ਗ੍ਰੇਡਿੰਗ ਦਾ ਸਟਰਕਚਰ ਹੈ ਇਸਤਰੀ ਤੇ ਪੁਰਖ ਵਿਚਾਲੇ ਜਿਹੜੇ ਪਾਵਰ ਦੇ ਰਿਲੇਸ਼ਨਸ ਨੇ ਉਹਨਾਂ ਦੀ ਹੋਂਦ ਜੋ ਕਿ ਜਿਹੜੇ ਰੋਲ ਮਿਲੇ ਹੋਏ ਨੇ ਲੇਡੀਜ਼ ਤੇ ਜੈਂਟਸ ਨੂੰ ਤੇ ਅਲੱਗ-ਅਲੱਗ ਤਰੀਕੇ ਦਾ ਉਹਨਾਂ ਵਿਵਹਾਰ ਹੈ ਇਹ ਗ੍ਰਹਿਣ ਕਰਨ ਦੀ ਪ੍ਰਕਿਰਿਆ ਨੂੰ ਦਰਸਾਉਂਦੀ ਹੈ ਕੀ ਚੀਜ਼ ਜਿਹੜੀ ਕਲਚਰਲ ਕੰਸਟਰਕਸ਼ਨ ਹੈ ਜੈਂਡਰ ਦੀ ਕਿਉਂਕਿ ਜਿਹੜੇ ਰੋਲ ਨੇ ਵਿਅਕਤੀਆਂ ਦੇ ਉਹ ਵੀ ਵੱਖਰੇ ਵੱਖਰੇ ਨੇ ਲੇਡੀਜ਼ ਦੇ ਵੱਖਰੇ ਵੱਖਰੇ ਨੇ ਹੁਣ ਅਸੀਂ ਇਹਦੇ ਵਿੱਚ ਗੱਲ ਕਰਾਂਗੇ ਰਿਲੇਸ਼ਨਸ਼ਿਪਸ ਬਿਟਵੀਨ ਜੈਂਡਰਸ ਲਿੰਗਾ ਦੇ ਵਿਚਕਾਰ ਸਬੰਧ ਹੁਣ ਲੇਡੀਜ਼ ਨੇ ਜੈਂਟਸ ਨੇ ਇਹਨਾਂ ਦੇ ਲਈ ਜਿਹੜੇ ਪ੍ਰੋਪਰ ਗੁਣ ਨੇ ਤੇ ਬਿਹੇਵੀਅਰ ਹੈ ਉਹਨਾਂ ਦੇ ਬਾਰੇ ਕੋਈ ਵੀ ਜਿਹੜੀ ਉਮੀਦ ਹੈ ਉਹਨਾਂ ਨੂੰ ਇਸਤਰੀਆਂ ਤੇ ਪੁਰਸ਼ਾਂ ਦੇ ਵਿਚਾਲੇ ਸਬੰਧ ਬਾਰੇ ਉਮੀਦਾਂ ਨੂੰ ਇੱਕ ਤਰੀਕੇ ਨਾਲ ਸੱਭਿਆਚਾਰ ਦੁਆਰਾ ਹੀ ਸਿਰਜਿਆ ਜਾਂਦਾ ਹੈ ਮਿੰਦੇ ਜਿਹੜੇ ਉਹਨਾਂ ਦੇ ਪ੍ਰੋਪਰ ਗੁਣ ਨੇ ਤੇ ਜਿਹੜਾ ਉਹਨਾਂ ਦਾ ਬਿਹੇਵੀਅਰ ਹੈ ਉਹਦੇ ਅਕੋਰਡਿੰਗ ਹੀ ਜਿਹੜੇ ਇਸਤਰੀ ਤੇ ਪੁਰਸ਼ਾਂ ਦੇ ਵਿਚਾਲੇ ਸਬੰਧਾਂ ਦੀ ਅਸੀਂ ਉਮੀਦ ਰੱਖ ਸਕਦੇ ਹਾਂ ਇਹ ਜਿਹੜਾ ਕਿਸੇ ਵੀ ਸਟੇਟ ਦਾ ਕੰਟਰੀ ਦਾ ਕਿਸੇ ਸੋਸਾਇਟੀ ਦਾ ਕਲਚਰ ਹੈ ਉਹਦੇ ਦੌਰਾਨ ਇਹਨੂੰ ਕਨਸਟਰਕਟ ਕੀਤਾ ਜਾਂਦਾ ਹੈ ਜਿਹੜੇ ਜੈਂਡਰ ਆਈਡੈਂਟੀਫਿਕੇਸ਼ਨ ਹੈ ਤੇ ਜੈਂਡਰ ਰਿਲੇਸ਼ਨਸ ਨੇ ਉਹ ਕਿਸੇ ਵੀ ਕਲਚਰ ਦੇ ਜਿਹੜੇ ਇੰਪੋਰਟੈਂਟ ਐਸਪੈਕਟਸ ਨੇ ਮਹੱਤਵਪੂਰਨ ਪਹਿਲੂ ਨੇ ਕਿਉਂਕਿ ਫੈਮਿਲੀ ਦੇ ਵਿੱਚ ਇਹ ਇੱਕ ਅਲੱਗ ਸਗੋਂ ਪੂਰੀ ਕਮਿਊਨਿਟੀ ਦੇ ਵਿੱਚ ਅਸੀਂ ਜਿਹੜਾ ਪੂਰਾ ਟਾਈਮ ਉਹ ਬਤੀਤ ਕਰਦੇ ਆਂ ਇਕੱਲਾ ਘਾਰ ਹੀ ਨਹੀਂ ਰਹਿੰਦੇ ਅਸੀਂ ਸਾਡੀ ਜਿਹੜੀ ਕਮਿਊਨਿਟੀ ਉੱਥੇ ਵੀ ਵਿਚਰਦੇ ਆਂ ਜਿੱਥੇ ਅਸੀਂ ਕੰਮਕਾਜ ਜਾਂ ਕੰਮਕਾਰ ਕਰ ਰਹੇ ਆਂ ਉੱਥੇ ਵੀ ਮੀਨਜ਼ ਇਹ ਰੋਜ਼ਾਨਾ ਜੀਵਨ ਦੀ ਜਾਂਚ ਨੂੰ ਇਹੀ ਜਿਹੜੇ ਪਹਿਲੂ ਨੇ ਉਹ ਸਾਨੂੰ ਆਕਾਰ ਬਖਸ਼ਦੇ ਨੇ ਮੀਨਜ਼ ਇੱਕ ਜਿਹੜੀ ਸ਼ੇਪ ਐ ਉਹ ਦਿੰਦੇ ਨੇ ਸੈਕੰਡ ਹੈ ਆਰਗੇਨਾਈਜ਼ਿੰਗ ਪ੍ਰਿੰਸੀਪਲ ਆਫ ਸੋਸਾਇਟੀ ਸਮਾਜ ਦਾ ਸੰਗਠਨਕਾਰੀ ਨਿਯਮ ਹੁਣ ਲਿੰਗ ਤੇ ਇਸਤਰੀ ਲਿੰਗ ਪੁਲਿੰਗ ਇਸਤਰੀ ਲਿੰਗ ਅਸੀਂ ਪੜ੍ਹਦੇ ਆ ਠੀਕ ਹੈ ਚੇਂਜ ਦਾ ਜੈਂਡਰ ਹੁਣ ਇਹਨੂੰ ਪੁਲਿੰਗ ਤੇ ਇਸਤਰੀ ਲਿੰਗ ਨੂੰ ਇਹ ਵੀ ਕਲਚਰਲ ਮੀਨਿੰਗ ਦਿੱਤਾ ਹੋਣ ਕਰਕੇ ਲਿੰਗ ਹੈ ਜਿਹੜਾ ਉਹ ਸਮਾਜ ਦੇ ਲਈ ਇੱਕ ਆਰਗੇਨਾਈਜ਼ਡ ਪ੍ਰਿੰਸੀਪਲ ਵੱਜੋਂ ਕੰਮ ਕਰਦਾ ਹੈ ਸੰਗਠਿਤ ਨਿਯਮ ਵੱਲੋਂ ਕੰਮ ਕਰਦਾ ਹੈ ਇਹ ਸੋਸਾਇਟੀ ਦਾ ਇੱਕ ਨਿਯਮਾਂ ਦਾ ਕਹਿ ਲਓ ਸਬੂਤ ਨਿਯਮਾਂ ਦਾ ਇੱਕ ਗਰੁੱਪ ਕਹਿ ਲਓ ਸਮੂਹ ਕਹਿ ਲਓ ਉਹਦੇ ਅਕੋਰਡਿੰਗ ਜਿਹੜੇ ਸਬੂਤ ਨੇ ਉਹ ਜੈਂਡਰ ਦੇ ਅਕੋਰਡਿੰਗ ਕੀਤੀ ਗਈ ਕਿਰਤ ਦੀ ਵੰਡ ਤੋਂ ਮਿਲਦਾ ਹੈ ਮੀਨਸ ਜਿਹੜਾ ਕੰਮ ਹੈ ਸੋਸਾਇਟੀ ਦੇ ਵਿੱਚ ਉਹ ਜੈਂਡਰ ਦੇ ਅਕੋਰਡਿੰਗ ਵੰਡਿਆ ਗਿਆ ਜਿਵੇਂ ਕਿ ਮੇਲ ਅਲੱਗ ਤਰੀਕੇ ਦਾ ਕੰਮ ਕਰਦੇ ਨੇ ਤੇ ਜਿਹੜੀਆਂ ਫੀਮੇਲ ਨੇ ਉਹ ਅਲੱਗ ਤਰੀਕੇ ਦਾ ਕੰਮ ਕਰਦੇ ਨੇ ਹੁਣ ਜੈਂਟਸ ਨੇ ਉਹ ਕੀ ਕਰਦੇ ਆ ਉਹਨਾਂ ਨੇ ਮੋਸਟਲੀ ਕੰਮ ਕੀ ਹੈ ਘਰ ਦੇ ਬਾਹਰਲੇ ਕੰਮ ਕਰਨੇ ਹੁੰਦੇ ਉਹਨਾਂ ਨੇ ਕਮਾ ਕੇ ਲੈ ਕੇ ਆਉਣਾ ਹੁੰਦਾ ਹੈ ਬਟ ਜਿਹੜੀਆਂ ਔਮਨਸ ਨੇ ਉਹ ਉਹਨਾਂ ਨੇ ਘਰ ਦੇ ਵਿੱਚ ਰਹਿ ਕੇ ਘਰ ਨੂੰ ਸੰਭਾਲਣਾ, ਬੱਚੇ ਸੰਭਾਲਨੇ, ਬਜ਼ੁਰਗ ਨੇ ਉਹਨਾਂ ਦੀ ਸੇਵਾ ਕਰਨੀ ਹੈ। ਬਾਕੀ ਸਾਰੇ ਜਿਹੜੇ ਕੰਮ ਨੇ ਉਹ ਜਿਹੜੇ ਘਰ ਦੇ ਅੰਦਰ ਵਾਲੇ ਹੁੰਦੇ ਆ ਉਹ ਇੱਕ ਫੀਮੇਲ ਦੇ ਹਿੱਸੇ ਹੀ ਆਉਂਦੇ ਨੇ। ਹੁਣ ਇਹ ਵੀ ਜਿਹੜੇ ਕੰਮ ਨੇ ਉਹਨਾਂ ਦੇ ਅਕੋਰਡਿੰਗ ਹੀ ਜਿਹੜੀ ਵੱਖਰੀ-ਵੱਖਰੀ ਰੂਪਰੇਖਾ ਹੈ, ਫਾਰਮੇਸ਼ਨ ਆ ਉਹ ਮਿਲਦੀ ਹੈ। ਭਾਵੇਂ ਕਿ ਹਰ ਇੱਕ ਸਮਾਜ ਦੇ ਵਿੱਚ ਜਿਹੜੀ ਇਹ ਰੂਪਰੇਖਾ ਹੈ, ਵੱਖਰੀ-ਵੱਖਰੀ ਹੈ ਤੇ ਸਮੇਂ ਦੇ ਨਾਲ-ਨਾਲ ਬਦਲ ਵੀ ਰਹੀ ਹੈ। ਹੁਣ ਜਿਵੇਂ ਕਿ ਅਸੀਂ ਨਾਰਮਲ ਮੈਂ ਤੁਹਾਨੂੰ ਐਗਜ਼ਾਮਪਲ ਦਿੰਨੀ ਆ ਪਿੰਡ ਤੇ ਸ਼ਹਿਰ ਨੂੰ ਅਸੀਂ ਕੰਪੇਅਰ ਕਰਦੇ ਆ ਹੁਣ ਪਿੰਡ ਦੇ ਵਿੱਚ ਜਿਹੜੀਆਂ ਲੇਡੀਜ਼ ਨੇ ਉਹਨਾਂ ਦੇ ਘਰ ਦੇ ਕੰਮ ਦੇ ਵਿੱਚ ਜਿਹੜੇ ਜੈਂਟਸ ਨੇ ਬਹੁਤ ਘੱਟ ਹੱਥ ਵਟਾਉਂਦੇ ਹੋਣਗੇ ਬਟ ਸ਼ਹਿਰ ਦੇ ਵਿੱਚ ਇਹ ਹੈ ਕਿਉਂਕਿ ਮੇਲ ਤੇ ਫੀਮੇਲ ਦੋਨੋਂ ਵਰਕਿੰਗ ਨੇ ਇਸ ਕਰਕੇ ਉਹ ਦੋਨੋਂ ਜਿਹੜੇ ਕੰਮ ਨੂੰ ਡਿਵਾਈਡ ਕਰਦੇ ਨੇ ਮੀਨਜ਼ ਜਿਹੜਾ ਮੇਲ ਹੈ ਉਹ ਫੀਮੇਲ ਦੇ ਕੰਮਾਂ ਦੇ ਵਿੱਚ ਵੀ ਹੈਲਪ ਕਰਦਾ ਜਿੰਨੀ ਕੁ ਪੌਸਿਬਿਲਿਟੀ ਹੁੰਦੀ ਹੈ ਲੈਸ ਆਟੋਨੋਮੀ ਫਾਰ ਔਰਤਾਂ ਔਰਤ ਨੂੰ ਘੱਟ ਖੁਦ ਮੁਖਤਿਆਰੀ ਘੱਟ ਖੁਦ ਮੁਖਤਿਆਰੀ ਦਾ ਮਤਲਬ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਉਹ ਆਪਣੀ ਮਰਜ਼ੀ ਨਾਲ ਕੋਈ ਜਿਹੜਾ ਫੈਸਲਾ ਉਹ ਨਹੀਂ ਲੈ ਸਕਦੀਆਂ ਉਹਨਾਂ ਲਈ ਘੱਟ ਜਿਹੜੇ ਰਿਸੋਰਸ ਨੇ ਉਹ ਅਵੇਲੇਬਲ ਹੁੰਦੇ ਨੇ ਤੇ ਜਿਹੜੇ ਸਮਾਜ ਨੇ ਤੇ ਔਰਤਾਂ ਨੇ ਆਪਣੇ ਨਿੱਜੀ ਜੀਵਨ ਨੂੰ ਆਕਾਰ ਦੇਣ ਵਾਲੀਆਂ ਕੋਈ ਵੀ ਐਕਟੀਵਿਟੀਆਂ ਨੇ ਉਹਨਾਂ ਦੇ ਵਿੱਚ ਲੈ ਜਾਣ ਵਾਲੇ ਨਿਰਣੇ ਨੇ ਨਾ ਵੂਮਨਸ ਵੱਲੋਂ ਔਰਤਾਂ ਵੱਲੋਂ ਉਹ ਸੀਮਿਤ ਹੁੰਦੇ ਨੇ ਲਿਮਟਿਡ ਹੁੰਦੇ ਨੇ ਕਿਉਂਕਿ ਜਿਹੜੇ ਵੂਮਨਸ ਨੇ ਉਹਨਾਂ ਨੂੰ ਉਨੀ ਅਥਾਰਟੀ ਨਹੀਂ ਦਿੱਤੀ ਗਈ ਜਿੰਨੀ ਕੇ ਆਦਮੀਆਂ ਨੂੰ ਹੈ ਤੇ ਜੈਂਡਰ ਦੇ ਬੇਸ ਤੇ ਹੀ ਜਿਹੜੀ ਇਨਕਵੈਲਟੀ ਹੈ ਇਹਦਾ ਇਹ ਪੈਟਰਨ ਮਨੁੱਖੀ ਅਧਿਕਾਰ ਦਾ ਮੁੱਦਾ ਹੈ ਤੇ ਵਿਕਾਸ ਦਾ ਮੁੱਦਾ ਵੀ ਹੈ ਨੈਕਸਟ ਹੈ ਜੈਂਡਰ ਕਨਸਟਰਕਸ਼ਨ ਸਪੋਰਟ ਦਾ ਸਿਸਟਮ ਆਫ ਡੋਮੀਨੈਂਸ ਜਿਹੜੀ ਜੈਂਡਰ ਦੀ ਕਨਸਟਰਕਸ਼ਨ ਹੈ ਲਿੰਗ ਸਰੰਚਨਾ ਹੈ ਉਹ ਦਬਦਬੇ ਦੀ ਪ੍ਰਣਾਲੀ ਦਾ ਸਮਰਥਨ ਕਰਦੀ ਹੈ ਦਬਦਬਾ ਮੀਨਸ ਡੋਮਿਨੈਂਸ ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਕਿ ਸਾਡੀ ਜਿਹੜੀ ਇੰਡੀਅਨ ਸੋਸਾਇਟੀ ਹੈ ਇਹ ਮੇਲ ਡੋਮਿਨੈਂਟ ਹੈ ਇਹਦੇ ਵਿੱਚ ਜਿਹੜਾ ਇਹ ਪੁਰਸ਼ ਪ੍ਰਧਾਨ ਸਮਾਜ ਹੈ ਕਿਉਂਕਿ ਜਿਹੜੀ ਗੱਲ ਕਰਨੀ ਹੈ ਉਹ ਜੈਂਟਸ ਨੇ ਕਰਨੀ ਹੈ ਕੋਈ ਵੀ ਡਿਸੀਜਨ ਲੈਣ ਉਹ ਜੈਂਟਸ ਹੀ ਲੈਣਗੇ ਭਾਵੇਂ ਚੇਂਜਸ ਆ ਰਹੀਆਂ ਨੇ ਬਟ ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ 100% ਲੇਡੀਜ਼ ਏਜੈਂਸੀ ਇਕੱਠੇ ਮਿਲ ਕੇ ਫੈਸਲੇ ਲੈਂਦੇ ਨੇ ਹੁਣ ਜਿਹੜੀਆਂ ਇਹ ਜੈਂਡਰ ਕੈਟਾਗਰੀਜ਼ ਨੇ ਕਦੇ ਵੀ ਨਿਰਪੱਖ ਨਹੀਂ ਹੁੰਦੀਆਂ ਐਬਸੋਲਿਊਟ ਨਹੀਂ ਹੁੰਦੀਆਂ ਨਿਊਟਰਲ ਨਹੀਂ ਹੁੰਦੀਆਂ ਤੇ ਨਾ ਹੀ ਇਹ ਇੱਕੋ ਜਿਹੀਆਂ ਹੁੰਦੀਆਂ ਨੇ ਜਿਹੜੀ ਜੈਂਡਰ ਦੀ ਕਨਸਟਰਕਸ਼ਨ ਹੈ ਉਹ ਸੱਭਿਆਚਾਰ ਦੁਆਰਾ ਪੂਰੇ ਸਮਾਜ ਅੰਦਰ ਜੋ ਪ੍ਰਭਾਵ ਹੈ ਜੋ ਦਬਦਬਾ ਹੈ ਮੀਨ ਜੈਂਟਸ ਦਾ ਉਸ ਪ੍ਰਣਾਲੀ ਨੂੰ ਇਹ ਸੁਧਿਰਡ ਬਣਾਉਂਦੀ ਹੈ ਹੋਰ ਪੱਕਾ ਕਰਦੀ ਹੈ ਤੇ ਜਿਹੜੇ ਸਬੰਧ ਇੱਕੋ ਜਿਹੇ ਨਹੀਂ ਹੈਗੇ ਮੀਨ ਜਿਨ੍ਹਾਂ ਦੇ ਵਿੱਚ ਫਰਕ ਹੈ ਉਹਨਾਂ ਦੇ ਕਿਸੇ ਵੀ ਸਿਸਟਮ ਦੇ ਵਜੋਂ ਜਿਹੜੇ ਜੈਂਡਰ ਨੇ ਉਹ ਮਰਦਾਂ ਤੇ ਔਰਤਾਂ ਨੂੰ ਕੰਮ ਤੇ ਜੋ ਉਹਨਾਂ ਦੀ ਪ੍ਰੋਡਕਸ਼ਨ ਦੀ ਕਿਰਿਆ ਹੈ ਪ੍ਰੋਡਕਸ਼ਨ ਐਕਟੀਵਿਟੀ ਹੈ ਜੋ ਉਹਨਾਂ ਨੂੰ ਰਿਸੋਰਸਸ ਤੇ ਪਾਵਰ ਦੀ ਅਵੇਲੇਬਿਲਿਟੀ ਹੈ ਕੰਮ ਤੇ ਕਿਰਤ ਮੀਨਜ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰਦੇ ਨੇ ਉਹਦੇ ਵਿੱਚ ਜਿਹੜੀ ਵਿਸ਼ੇਸ਼ ਭੂਮਿਕਾ ਹੈ ਉਹ ਜੈਂਡਰ ਆਧਾਰਿਤ ਹੁੰਦੀ ਹੈ ਤੇ ਉਹਦੇ ਅਕੋਰਡਿੰਗ ਹੀ ਜਿਹੜੀ ਇਹ ਵਖਰੇਵਾ ਹੈ ਡਿਫਰੈਂਸ ਹੈ ਉਹ ਪ੍ਰਦਾਨ ਕਰਨ ਦੇ ਵਿੱਚ ਅਲੱਗ-ਅਲੱਗ ਕਿਸਮਾਂ ਦੀ ਜਿਹੜੀ ਚੋਣ ਹੈ ਉਹ ਪ੍ਰਦਾਨ ਕਰਦੀ ਹੈ। ਮੀਨ ਜਿਵੇਂ ਕਿ ਦੇਖੋ ਜੈਂਟਸ ਲਈ ਅਲੱਗ ਕੰਮ ਹੋਗੇ ਤੇ ਲੇਡੀਜ਼ ਦੇ ਲਈ ਅਲੱਗ ਕੰਮ ਨੇ। ਹੁਣ ਜਿਹੜਾ ਕੰਮ ਲੇਡੀਜ਼ ਕਰੀਏ ਨੇ ਉਹਨੂੰ ਜੈਂਟਸ ਨਹੀਂ ਕਰ ਰਹੇ। ਕਿਉਂਕਿ ਜਿਹੜੇ ਜੈਂਟਸ ਨੇ ਉਹ ਕੀ ਨੇ? ਸਿਸਟਮ ਕੀ ਹੈ? ਡੋਮਿਨੈਂਸ ਵਾਲਾ ਉਹਨਾਂ ਦਾ। ਇਸ ਕਰਕੇ ਉਹ ਆਪਣੇ ਕੰਮ ਦੇ ਵਿੱਚ ਜਿਹੜੀ ਕਿਸੇ ਤਰ੍ਹਾਂ ਦੀ ਇੰਟਰਫੀਰੈਂਸ ਹੈ ਉਹਨੂੰ ਉਹ ਨਹੀਂ ਚਾਹੁੰਦੇ। ਇਸ ਕਰਕੇ ਜਿਹੜੇ ਕੰਮ ਨੇ ਜਾਂ ਜਿਹੜੀ ਕੋਈ ਉਹਨਾਂ ਦੇ ਕੋਲ ਅਵੇਲੇਬਲ ਰਿਸੋਰਸਸ ਨੇ ਉਹਨਾਂ ਦੀ ਵਰਤੋਂ ਜਿਹੜੀ ਉਹ ਔਰਤ ਉਸ ਤਰੀਕੇ ਨਾਲ ਨਹੀਂ ਕਰ ਸਕਦੀ ਜਿਸ ਤਰੀਕੇ ਨਾਲ ਮੇਲ ਕਰ ਸਕਦੇ ਨੇ ਨੈਕਸਟ ਹੈ ਜੈਂਡਰ ਕਨਸਟਰਕਸ਼ਨ ਇੰਡੀਵਿਜੂਅਲ ਐਕਸਪ੍ਰੈਸ਼ਨ ਆਫ ਜੈਂਡਰ ਲੈਂਗੁਇਸ ਸਰੰਚਨਾ ਕੀ ਹੈ ਬਨਾਮ ਲਿੰਗ ਦਾ ਵਿਅਕਤੀਗਤ ਪ੍ਰਗਟਾਵਾ ਜਿਹੜੇ ਫੈਮਿਨਿਜ਼ਮ ਸਾਈਕੋ ਮਨੋਵਿਸ਼ਲੇਸ਼ਣ ਨੇ ਉਹਨਾਂ ਨੇ ਵੀ ਇਹ ਅਸੈਸ ਕੀਤਾ ਹੈ ਅੰਕਲਨ ਕੀਤਾ ਹੈ ਕਿ ਜੈਂਡਰ ਨੂੰ ਵੱਖਰੀ ਕਲਚਰਲ ਲਿੰਗੁਇਸਟਿਕ ਤੇ ਜਿਹੜੀ ਪੋਲੀਟੀਕਲ ਕਨਸਟਰਕਸ਼ਨ ਵਜੋਂ ਨਹੀਂ ਦੇਖਿਆ ਜਾ ਸਕਦਾ ਇਸ ਲਈ ਇਹ ਜਿਹੜੀਆਂ ਕਨਸਟਰਕਸ਼ਨਜ਼ ਨੇ ਸਰੰਚਨਾਵਾਂ ਨੇ ਇਹਦੇ ਜੈਂਡਰ ਤੇ ਜਿਹੜੇ ਇੰਡੀਵਿਜੂਅਲ ਐਕਸਪ੍ਰੈਸ਼ਨਸ ਨੇ ਪ੍ਰਗਟਾਵਾ ਹੈ ਅਭਿਵਕਤੀਆਂ ਨੇ ਇਹਨਾਂ ਦੀ ਜਿਹੜੀ ਪਰਪੇਖੀ ਸਰੰਚਨਾ ਹੈ ਉਹਦੇ ਵਿਚਲੀ ਵੱਖਰਤਾ ਨੂੰ ਜਿਹੜਾ ਉਹਨਾਂ ਦੇ ਵਿੱਚ ਡਿਫਰੈਂਸ ਹੈ ਇਹਨੂੰ ਸਮਝਣ ਦੀ ਜ਼ਰੂਰਤ ਹੈ ਹੁਣ ਜੈਂਡਰ ਦੀ ਜਿਹੜੀ ਪਰਪੇਖੀ ਸਰੰਚਨਾ ਉਹ ਬਿੰਬ ਨੇ ਇਹ ਜਿਨ੍ਹਾਂ ਦਾ ਜਿਹੜਾ ਨਿਰਧਾਰਨ ਹੈ ਜਿਹੜੇ ਕਿ ਸੋਸਾਇਟੀ ਸਾਡਾ ਇਤਿਹਾਸ ਸਾਡਾ ਜਿਹੜਾ ਸੱਭਿਆਚਾਰ ਹੈ ਇਹਦੇ ਤੌਰ ਤੇ ਇਹਨਾਂ ਨੂੰ ਡਿਟਰਮਾਈਨ ਕੀਤਾ ਜਾਂਦਾ ਹੈ ਨਿਰਧਾਰਿਤ ਕੀਤਾ ਜਾਂਦਾ ਹੈ ਹੁਣ ਕੁਛ ਇਹਦੇ ਵਿੱਚ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ ਕਿ ਕਿਸੇ ਬੱਚੇ ਦਾ ਜਿਹੜਾ ਸੋਸ਼ੀਅਲਾਈਜੇਸ਼ਨ ਹੈ ਉਹ ਇੱਕ ਘਰੇਲੂ ਔਰਤ ਵਾਂਗ ਕਰਨ ਦੇ ਲਈ ਸਮਾਜਿਕ ਤੌਰ ਤੇ ਜਿਹੜੇ ਪਰਵਾਨਿਤ ਮੀਨ ਜਿਨ੍ਹਾਂ ਨੂੰ ਸਾਡੀ ਸੋਸਾਇਟੀ ਅਕਸੈਪਟ ਕਰਦੀ ਹੈ ਉਹ ਬਿਹੇਵੀਅਰ ਨੂੰ ਆਤਮਸਾਤ ਕਰਨਾ ਹੁੰਦਾ ਹੈ ਅਸਿਮੀਲੇਟ ਕਰਨਾ ਜਿਹੜਾ ਸਾਰਾ ਉਹਦਾ ਵਿਵਹਾਰ ਹੈ ਜੋ ਸਮਾਜਿਕ ਤੌਰ ਤੇ ਪਰਵਾਨਿਤ ਹੁੰਦਾ ਉਹਨੂੰ ਅਸਿਮੀਲੇਟ ਕਰ ਲਿਆ ਜਾਂਦਾ ਆਤਮਸਾਤ ਕਰ ਲਿਆ ਜਾਂਦਾ ਇਕੱਠਾ ਕਰ ਲਿਆ ਜਾਂਦਾ ਇਹ ਜਿਹੜਾ ਬਿਹੇਵੀਅਰ ਹੈ ਬੱਚੇ ਦੇ ਡਰੈਸ ਤੋਂ ਲੈ ਕੇ ਫਿਰ ਉਹਦੇ ਚੰਗੇ ਬਿਹੇਵੀਅਰ ਤੋਂ ਲੈ ਕੇ ਦੇਖਭਾਲ ਕੋਈ ਭੋਜਨ ਪਕਾਉਣਾ ਇਹਦੇ ਤੱਕ ਜਾਂਦੇ ਨੇ ਕਿਉਂਕਿ ਜਿਹੜੇ ਗਰਲਸ ਨੇ ਉਹਨਾਂ ਦੀ ਡਰੈਸ ਦਾ ਸੈਂਸ ਵੀ ਬॉयਜ਼ ਨਾਲੋਂ ਅਲੱਗ ਹੋएगी ਬਿਹੇਵੀਅਰ ਵੀ ਉਹਨਾਂ ਦਾ ਅਲੱਗ ਹੋਏਗਾ ਬਿਹੇਵੀਅਰ ਅਲੱਗ ਹੁੰਦੇ ਮਤਲਬ ਜੇ ਕੁਝ ਪੇਰੈਂਟਸ ਵੀ ਇਦਾਂ ਕਹਿੰਦੇ ਨੇ ਕਿ ਤੂੰ ਅਗਲੇ ਘਰ ਜਾਣਾ ਏ ਜਿਹੜੀ ਥਿੰਕਿੰਗ ਬਣੀ ਹੋਏ ਲੋਕਾਂ ਦੀ ਉਹਦੇ ਅਕੋਰਡਿੰਗ ਜਿਹੜੀ ਲੜਕੀ ਆ ਉਹਨੂੰ ਲੜਕੇ ਦੇ ਕੰਪੈਰੀਜ਼ਨ ਜੇਕਰ ਅਸੀਂ ਕਹੀਏ ਵੀ ਬਹੁਤ ਹੀ ਡਿਫਰੈਂਸ ਰੱਖਿਆ ਜਾਂਦਾ ਹੈ ਉਹਨੂੰ ਇਹ ਨਹੀਂ ਕਿਹਾ ਜਾਂਦਾ ਕਿ ਯੂ ਆਰ ਆਲ ਇਕੁਅਲ ਜੇ ਕਿ ਪੇਰੈਂਟਸ ਕਹਿ ਵੀ ਨੇ ਨਹੀਂ ਵੀ ਤੁਸੀਂ ਇਕੁਅਲ ਹੋ ਬਟ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਡਿਫਰੈਂਸ ਹੈ ਉਹ ਆ ਰਿਹਾ ਹੁੰਦਾ ਕਿਉਂਕਿ ਜਿਹੜੀ ਲੜਕੀ ਆ ਉਹ ਅਲੱਗ ਤਰੀਕੇ ਦੇ ਕੰਮ ਕਰਦੀ ਹੈ ਲੜਕਾ ਅਲੱਗ ਤਰੀਕੇ ਦੇ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਮੈਂ ਹੋਰ ਦਿੰਦੀ ਆ ਆਪਣੀ ਸੋਸਾਇਟੀ ਦੇ ਵਿੱਚ ਤੁਸੀਂ ਦੇਖੋ ਜਿਹੜੇ ਮੇਲ ਨੇ ਉਹ ਦੇਰ ਰਾਤ ਕਬਾਰ ਰਹਿ ਸਕਦੇ ਨੇ ਲੜਕੇ ਦੇਰ ਰਾਤ ਨੂੰ ਘਰ ਆ ਸਕਦੇ ਨੇ ਬਟ ਜਿਹੜੀਆਂ ਫੀਮੇਲਸ ਨੇ ਜਾਂ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਫੈਮਿਲੀ ਅਲਾਉ ਨਹੀਂ ਕਰਦੀ ਇਹ ਕੀ ਨੇ ਸਾਡਾ ਜਿਹੜਾ ਜੈਂਡਰ ਕਨਸਟਰਕਸ਼ਨ ਹੈ ਇਹਦੇ ਵਿੱਚ ਸਾਰੀਆਂ ਇਹੀ ਜਿਹੜੀਆਂ ਗੱਲਾਂ ਨੇ ਉਹ ਆਉਂਦੀਆਂ ਨੇ ਮੀਨ ਜਿਹੜੀ ਸਾਡੀ ਸੋਸਾਇਟੀ ਨੇ ਜੋ ਨਿਯਮ ਜੋ ਨੋਰਮਸ ਨਿਰਧਾਰਿਤ ਕਰ ਲੇ ਉਹਦੇ ਅਕੋਰਡਿੰਗ ਹੀ ਸਾਰਾ ਜਿਹੜਾ ਸੋਸਾਇਟੀ ਦੇ ਵਿੱਚ ਉਹਨਾਂ ਨੀਮ ਨੂੰ ਨਿਯਮਾਂ ਨੂੰ ਫੋਲੋ ਕਰਨਾ ਜ਼ਰੂਰੀ ਹੈ ਜਿਹੜਾ ਇਹ ਜੈਂਡਰ ਹੈ ਇਹ ਇੱਕ ਗ੍ਰਹਿਣ ਕੀਤੀ ਗਈ ਪ੍ਰਕਿਰਿਆ ਹੈ ਮੀਨਸ ਇਹਨੂੰ ਅਕਵਾਇਰ ਕੀਤਾ ਜਾਂਦਾ ਹੈ ਜਿਹੜੀ ਕਿ ਕਿਸੇ ਖਾਸ ਸਮਾਜਿਕ ਸਥਿਤੀ ਦੇ ਵਿੱਚ ਹੁੰਦੀ ਹੈ ਇਸ ਲਈ ਸਮਾਜਿਕ ਪ੍ਰਬੰਧਾਂ ਦੇ ਜਿਹੜੇ ਜੈਂਡਰ ਰਿਜ਼ਲਟਸ ਨੇ ਪ੍ਰਨਾਮ ਨਿਕਲਦੇ ਨੇ ਤੇ ਜਿਹੜੀਆਂ ਉਤਪਾਦਨ ਨੇ ਜਾਂ ਸਮਾਜਿਕ ਸਥਿਤੀਆਂ ਦੀ ਇਹ ਯੂਨਿਕ ਵਿਸ਼ੇਸ਼ਤਾ ਹੈ ਅਲੱਗ ਤੋਂ ਇੱਕ ਇਹ ਕਰੈਕਟਸ ਸਿਕਸ ਹੈ ਹੁਣ ਜਿਹੜਾ ਛੋਟਾ ਬੱਚਾ ਹੁੰਦਾ ਹੈ ਤਾਂ ਉਹਦੇ ਕੋਲ ਸਿਰਫ ਲਿੰਗ ਪਛਾਣ ਹੀ ਹੁੰਦੀ ਹੈ ਜਿਹੜੀ ਕਿ ਵਿਅਕਤੀ ਦੁਆਰਾ ਜਿਹੜੀ ਕਿ ਵਿਅਕਤੀ ਦੇ ਉੱਪਰ ਉਸ ਬੱਚੇ ਦੇ ਉੱਪਰ ਸਮਾਜ ਦੇ ਦੁਆਰਾ ਥੋਪੀ ਜਾਂਦੀ ਹੈ ਕਿਉਂਕਿ ਜੇ ਬੱਚਾ ਛੋਟਾ ਹੈ ਉਹਨੂੰ ਇਹਨਾਂ ਗੱਲਾਂ ਬਾਰੇ ਕੋਈ ਨੌਲੇਜ ਨਹੀਂ ਹੁੰਦੀ ਕਿਵੇਂ ਲੜਕਾ ਜਾਂ ਮੈਂ ਲੜਕੀਆਂ ਫਿਰ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਜਦੋਂ ਮੁਢਲੀ ਦੇਖਭਾਲ ਕਰਦੇ ਨੇ ਬੱਚੇ ਦੀ ਫਿਰ ਉਹਨਾਂ ਨਾਲ ਕੰਟੀਨਿਊਟੀ ਦੇ ਵਿੱਚ ਇੰਟਰੈਕਸ਼ਨ ਹੁੰਦੀ ਹੈ ਉਹਦੇ ਨਾਲ ਇੱਕ ਜਿਹੜਾ ਬਿਲਕੁਲ ਮਾਸੂਮ ਬੱਚਾ ਹੁੰਦਾ ਹੈ ਜਿਹਨੂੰ ਕਿਸੇ ਤਰ੍ਹਾਂ ਦੀ ਕੋਈ ਨੌਲੇਜ ਨਹੀਂ ਹੁੰਦੀ ਉਹਨੂੰ ਜਿਹੜੀ ਜੈਂਡਰ ਦੀ ਆਇਡੈਂਟੀਟੀ ਹੈ ਉਹਨੂੰ ਸਮਝ ਆਉਣ ਲੱਗ ਜਾਂਦੀ ਹੈ ਤੇ ਇਸੇ ਤਰੀਕੇ ਨਾਲ ਜਿਹੜੇ ਪੁਲਿੰਗ ਤੇ ਇਸਤਰੀ ਲਿੰਗ ਨੇ ਉਹ ਜੈਂਡਰ ਥੋਪਣ ਦੀ ਪ੍ਰਕਿਰਿਆ ਦਾ ਰਿਜ਼ਲਟ ਨੇ ਤੇ ਜਿਹੜੀਆਂ ਇਹ ਜੈਂਡਰ ਅਚੀਵਮੈਂਟਸ ਨੇ ਜੈਂਡਰ ਐਕਟੀਵਿਟੀਆਂ ਨੇ ਇਹਦਾ ਇੱਕ ਮਹੱਤਵਪੂਰਨ ਅੰਗ ਨੇ ਉਦਾਹਰਨ ਦੇ ਵਜੋਂ ਜੇਕਰ ਕੋਈ ਬੱਚਾ ਕਿਸੇ ਵਿਅਕਤੀ ਤਸਵੀਰ ਦੇਖ ਰਿਹਾ ਹੈ ਜਿਸ ਨੇ ਸੂਟ ਤੇ ਟਾਈ ਵੀ ਲਾਈ ਹੋਈ ਹੈ ਤੇ ਉਹ ਬੱਚਾ ਤੁਰੰਤ ਉਸ ਤਸਵੀਰ ਨੂੰ ਕਿਸੇ ਵੀ ਆਦਮੀ ਜਾਂ ਪੁਰਸ਼ ਦੇ ਚਿੱਤਰ ਦੇ ਨਾਲ ਜੋੜ ਲੈਂਦਾ ਹੈ ਹੁਣ ਜੋ ਲਿੰਗ ਸ਼੍ਰੈਣੀ ਦੀ ਸਥਾਪਤੀ ਆ ਤੇ ਪ੍ਰਾਪਤੀ ਉਹ ਸਮਾਜਿਕ ਤੌਰ ਤੇ ਵਿਅਕਤੀ ਰਾਹੀਂ ਜੋ ਰੋਜ਼ਾਨਾ ਦੀ ਉਹਦੀ ਇੰਟਰੈਕਸ਼ਨ ਹੈ ਜੋ ਉਹਦੇ ਕੰਮ ਨੇ ਉਹਦੇ ਵਿੱਚੋਂ ਕੀਤੀ ਜਾਂਦੀ ਹੈ ਤੇ ਜਿਹੜੇ ਲੋਕ ਨੇ ਉਹ ਕਿਸੇ ਵੀ ਵਿਅਕਤੀ ਦੀ ਜਿਹੜੀ ਐਕਟੀਵਿਟੀ ਨੂੰ ਦੇਖਦੇ ਨੇ ਤਾਂ ਉਹਦੀ ਜਿਹੜੀ ਲਿੰਗ ਸ਼੍ਰੈਣੀ ਦਾ ਪਤਾ ਲੱਗ ਜਾਂਦਾ ਹੈ ਇਸ ਕਨਸਟੈਕਸਟ ਦੇ ਵਿੱਚ ਜਿਹੜਾ ਜੈਂਡਰ ਆ ਉਹਨੂੰ ਸੱਭਿਆਚਾਰ ਅਤੇ ਸਮਾਜ ਦੀ ਪੈਦਾਵਾਰ ਮੰਨਿਆ ਜਾਂਦਾ ਹੈ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਆ ਕਿ ਟੌਪਿਕ ਤੁਹਾਡੇ ਲਈ ਹੈਲਪਫੁਲ ਹੋਏਗਾ ਥੈਂਕਸ ਫॉर ਵਾਚਿੰਗ